ਤਾਂ ਇਸ ਵੇਲੇ ਦੀ ਵੱਡੀ ਖਬਰ, ਆਮ ਆਦਮੀ ਪਾਰਟੀ ਦੇ ਐਮਐਲਏ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ 4 ਤੋਂ 5 ਬਦਮਾਸ਼ਾਂ ਦੇ ਵੱਲੋਂ ਗੱਡੀ ਤੇ ਸਵਾਰ ਵਿਧਾਇਕ ਦੇ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦਾਤਰਾਂ ਦੇ ਜ਼ੋਰ ਤੇ ਹਮਲਾ ਕੀਤਾ ਗਿਆ। ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ 2 ਜਣਿਆਂ ਨੂੰ ਟਰੇਸ ਕੀਤਾ ਗਿਆ। ਦੱਸ ਦਈਏ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਕਿਤੇ ਬਾਹਰ ਘੁੰਮਣ ਗਏ ਸੀ, ਜਿਉਂ ਹੀ ਘਰ ਵਾਪਸ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਦਾਤਰਾਂ ਦੇ ਜ਼ੋਰ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਤੇ ਹਮਲਾ ਕੀਤਾ ਗਿਆ। ਗਣੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਤਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਨੇ ਸ਼ੀਤਲ ਉਂਗਰਾਲ, ਜਿਨ੍ਹਾਂ ਦਾ ਪਰਿਵਾਰ ਘਰ ਪਰਤ ਰਿਹਾ ਸੀ, ਤਾਂ ਗੱਡੀ ਨੂੰ ਦਾਤਰਾਂ ਦੇ ਜ਼ੋਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਕਿ ਲੁੱਟ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, 2 ਜਣਿਆਂ ਨੂੰ ਟਰੇਸ ਵੀ ਕਰ ਲਿਆ, ਜਿਨ੍ਹਾਂ ਤੋਂ ਪੁੱਛ ਪੜਤਾਲ ਹੋਵੇਗੀ। ਦੱਸ ਦਈਏ ਕਿ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਨੇ ਸ਼ੀਤਲ ਉਂਗਰਾਲ, ਉਹਨਾਂ ਦਾ ਪਰਿਵਾਰ ਆ ਜਿਹੜਾ ਗੱਡੀ ਦੇ ਜ਼ਰੀਏ ਘਰ ਪਰਤ ਰਿਹਾ ਸੀ, ਤਾਂ ਇਹਨੇ ਨੂੰ ਦਾਤਰਾਂ ਦੇ ਜ਼ੋਰ ਤੇ 4 ਤੋਂ 5 ਬਦਮਾਸ਼ਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰ, ਕੀ ਮਾਮਲਾ ਕੀ ਹੈ? ਐਮਐਲ ਸਾਹਿਬ ਦੀ ਕੱਲ੍ਹ ਫੈਮਿਲੀ ਸੀਗੀ, ਜੋ ਕਿ ਬਾਹਰੋਂ ਕੁਝ ਆਊਟਿੰਗ ਕਰਕੇ ਅਤੇ ਘਰੇ ਵਾਪਸ ਜਦੋਂ ਆ ਰਹੇ ਸੀਗੇ, ਤਕਰੀਬਨ 12:45 ਵਜੇ, ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਦੀ ਗੱਡੀ 'ਤੇ ਕਿਸੇ ਨੇ ਹਮਲਾ ਕੀਤਾ ਆ ਦਾਤਰਾਂ ਦੇ ਨਾਲ। ਉਹ ਬੰਦੇ ਆ ਕਿ ਜਿਹੜਾ ਜੇਕੇ ਟਰੇਸ ਹੋ ਗਿਆ, ਹੁਣ ਕੱਲ੍ਹ ਰਾਤ ਦੀ ਵਾਰਦਾ ਸੀਗੀ, ਇੱਕ ਬੰਦਾ ਟਰੇਸ ਹੋ ਗਿਆ, ਬਾਕੀ ਦਾ ਹੁਣ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਸੀ ਅਤੇ ਕਿਉਂ ਇਹ ਚੀਜ਼ ਕੀਤੀ। ਕੱਲ੍ਹ ਕਿੱਥੇ ਹੋਈ ਸੀਗੀ ਇਹ ਜਿਹੜੀ ਵਾਰ? ਇੱਥੇ ਅੱਡੇ ਦੇ ਉੱਤੇ। ਅੱਛਾ, ਅਤੇ ਕਿੰਨੇ ਕੁ ਜਣੇ ਸੀਗੇ ਉਸ ਟਾਈਮ? 4-5 ਜਣੇ ਸੀਗੇ, ਕੋਸ਼ਿਸ਼ ਕਰੇਗਾ ਉਹੀ ਜਿਹੜੀ ਸੋਚ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ। ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿੱਦਾਂ ਚੋਰ ਜਾਂ ਜਗੈਤ ਜਿਹੜੇ ਲੋਕ ਪੰਜਾਬੀ ਲੋਕਾਂ ਨੂੰ ਤੰਗ ਕਰਦੇ ਲੁੱਟਦੇ ਆ, ਕਿੰਨੀ ਨੱਥ ਪਾਈ ਹੈ ਕਮਿਸ਼ਨਰ ਸਾਹਿਬ ਨੇ, ਉਹਨਾਂ ਲੋਕਾਂ ਦੀ ਅਰੈਸਟ ਵੀ ਹੋ ਰਹੀ ਹੈ। ਅਤੇ ਜੇ 1-2% ਇੱਦਾਂ ਦੇ ਬੰਦੇ ਰਹਿ ਗਏ ਆ, ਬੜੀ ਜਲਦੀ ਉਹ ਵੀ ਅੰਦਰ ਹੋਣਗੇ। ਇਹ ਜਿਨ੍ਹਾਂ ਨੇ ਸ਼ਰਾਬ ਪੀਤੀ ਹੈ, ਇਹਨਾਂ ਦੀ ਮੰਸ਼ਾ ਕੀ ਸੀ, ਕੀ ਮੰਸ਼ਾ ਕੀ ਸੀ, ਮੇਰੇ ਪਰਿਵਾਰ ਨੂੰ ਕਿਉਂ ਰੋਕਿਆ ਗਿਆ, ਇਹ ਬਹੁਤ ਜਲਦੀ ਕਲੀਅਰ ਹੋਏਗਾ। ਜਿਹੜਾ ਇੱਕ ਬੰਦਾ ਰਾਊਂਡ ਅਪ ਕੀਤਾ ਗਿਆ, ਉਹਦਾ ਕੋਈ ਪਤਾ ਲੱਗਾ ਕਿ ਬੈਕਗ੍ਰਾਉਂਡ ਕਿਵੇਂ ਦੀ ਹੈ, ਕਿ ਕੋਈ ਉਹਦੀ ਉਹਨਾਂ ਦੇ ਪਰਿਵਾਰ ਵਿੱਚ ਜਿਹੜੇ ਉਹਦੇ ਕ੍ਰਿਮੀਨਲ ਬੈਕਗ੍ਰਾਉਂਡ ਉਹਨਾਂ ਦੇ ਪਰਿਵਾਰ ਦਾ, ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਹੈ ਪਹਿਲੇ ਕਤਲ ਦੇ ਕੇਸ ਬਾਹਰ ਆਇਆ। ਅੱਛਾ ਜੀ, ਸੋ ਦੇਖ ਸਕਦੇ ਜੀ ਜਿਹੜਾ। ਤਾਂ ਇਸ ਵੇਲੇ ਦੀ ਵੱਡੀ ਖਬਰ, ਆਮ ਆਦਮੀ ਪਾਰਟੀ ਦੇ ਐਮਐਲਏ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ 4-5 ਬਦਮਾਸ਼ਾਂ ਦੇ ਵੱਲੋਂ ਗੱਡੀ ਤੇ ਸਵਾਰ ਵਿਧਾਇਕ ਦੇ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦਾਤਰਾਂ ਦੇ ਜ਼ੋਰ ਤੇ ਹਮਲਾ ਕੀਤਾ ਗਿਆ। ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ 2 ਜਣਿਆਂ ਨੂੰ ਟਰੇਸ ਕੀਤਾ ਗਿਆ। ਦੱਸ ਦਈਏ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਕਿਤੇ ਬਾਹਰ ਘੁੰਮਣ ਗਏ ਸੀ, ਜਿਉਂ ਹੀ ਘਰ ਵਾਪਸ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਦਾਤਰਾਂ ਦੇ ਜ਼ੋਰ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਤੇ ਹਮਲਾ ਕੀਤਾ ਗਿਆ। ਗਣੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਤਾਂ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਨੇ ਸ਼ੀਤਲ ਉਂਗਰਾਲ, ਜਿਨ੍ਹਾਂ ਦਾ ਪਰਿਵਾਰ ਘਰ ਪਰਤ ਰਿਹਾ ਸੀ, ਤਾਂ ਗੱਡੀ ਨੂੰ ਦਾਤਰਾਂ ਦੇ ਜ਼ੋਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ
ਕਿ ਲੁੱਟ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, ਦੋ ਜਾਣਿਆਂ ਨੂੰ ਟਰੇਸ ਵੀ ਕਰ ਲਿਆ ਜਿਨ੍ਹਾਂ ਤੋਂ ਪੁੱਛ ਪੜਤਾਲ ਹੋਵੇਗੀ। ਦੱਸ ਦਈਏ ਕਿ ਜਲੰਧਰ ਪੱਛਮੀ ਤੋਂ ਆਪ ਦੇ ਵਿਧਾਇਕ ਨੇ ਸ਼ੀਤਲ ਉਂਗਰਾਲ ਉਹਨਾਂ ਦਾ ਪਰਿਵਾਰ ਆ ਜਿਹੜਾ ਗੱਡੀ ਦੇ ਜ਼ਰੀਏ ਘਰ ਪਰਤ ਰਿਹਾ ਸੀ ਤਾਂ ਇਹਨੇ ਨੂੰ ਦਾਤਰਾਂ ਦੇ ਜ਼ੋਰ ਤੇ 4 ਤੋਂ 5 ਬਦਮਾਸ਼ਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਭਵਿੰਦਰ ਸਰ, ਕੀ ਮਾਮਲਾ ਕੀ ਹੈ? ਐਮਐਲ ਸਾਹਿਬ ਦੀ ਕੱਲ੍ਹ ਫੈਮਿਲੀ ਸੀਗੀ ਜੋ ਕਿ ਬਾਹਰੋਂ ਕੁਝ ਆਊਟਿੰਗ ਕਰਕੇ ਦੇਖੋ ਰਹੇ ਘਰੇ ਵਾਪਸ ਜਦੋਂ ਆ ਰਹੇ ਸੀਗੇ ਤਕਰੀਬਨ 12:45 ਵਜੇ, ਇਹਨਾਂ ਦੇ ਕਹਿਣ ਦੇ ਮੁਤਾਬਿਕ ਵੀ ਇਹਨਾਂ ਦੀ ਗੱਡੀ 'ਤੇ ਕਿਸੇ ਨੇ ਹਮਲਾ ਕੀਤਾ ਆ ਦਾਤਰਾਂ ਦੇ ਨਾਲ। ਉਹ ਬੰਦੇ ਆ ਕਿ ਜਿਹੜਾ ਇੱਕ ਟਰੇਸ ਹੋ ਗਿਆ, ਹੁਣ ਕੱਲ੍ਹ ਰਾਤ ਦੀ ਵਾਰਦਾਤ ਸੀਗੀ, ਇੱਕ ਬੰਦਾ ਟਰੇਸ ਹੋ ਗਿਆ, ਬਾਕੀਆਂ ਦਾ ਹੁਣ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਸੀ ਅਤੇ ਕਿਉਂ ਇਹ ਚੀਜ਼ ਕੀਤੀ। ਕੱਲ੍ਹ ਕਿੱਥੇ ਹੋਈ ਸੀਗੀ ਇਹ ਜਿਹੜੀ ਵਾਰ? ਇੱਥੇ ਅੱਡੇ ਦੇ ਉੱਤੇ। ਅੱਛਾ, ਅਤੇ ਕਿੰਨੇ ਕੁ ਜਣੇ ਸੀਗੇ ਉਸ ਟਾਈਮ? ਮੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਕੋ ਹੀ ਸੁਨੇਹਾ ਪੂਰੇ ਪੰਜਾਬ ਨੂੰ, ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹੀ ਜਿਹੜੀ ਸੋਚ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ। ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿੱਦਾਂ ਚੋਰ ਜਾਂ ਜਗੈਤੀ ਜਿਹੜੇ ਲੋਕ ਰਾਤੀ ਲੋਕਾਂ ਨੂੰ ਤੰਗ ਕਰਕੇ ਲੁੱਟਦੇ ਆ, ਕਿੰਨੀ ਨੱਥ ਪਾਈ ਹੈ ਕਮਿਸ਼ਨਰ ਸਾਹਿਬ ਨੇ, ਉਹਨਾਂ ਲੋਕਾਂ ਦੀ ਅਰੈਸਟ ਵੀ ਹੋ ਰਹੀ ਹੈ। ਅਤੇ ਜੇ 1-2% ਇੱਦਾਂ ਦੇ ਬੰਦੇ ਰਹਿ ਗਏ ਆ, ਬੜੀ ਜਲਦੀ ਉਹ ਵੀ ਅੰਦਰ ਹੋਣਗੇ। ਅਤੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੈ ਇਹਨਾਂ ਦੀ ਮੰਸ਼ਾ ਕੀ ਸੀ, ਕੀ ਮੰਸ਼ਾ ਕੀ ਸੀ, ਮੇਰੇ ਪਰਿਵਾਰ ਨੂੰ ਕਿਉਂ ਰੋਕਿਆ ਗਿਆ, ਇਹ ਬਹੁਤ ਜਲਦੀ ਕਲੀਅਰ ਹੋਏਗਾ। ਜਿਹੜਾ ਇੱਕ ਬੰਦਾ ਰਾਊਂਡਅਪ ਕੀਤਾ ਗਿਆ ਉਹਦਾ ਵੀ ਪਤਾ ਲੱਗਾ ਕਿ ਬੈਕਗ੍ਰਾਊਂਡ ਕਿਵੇਂ ਦੀ ਹੈ, ਕਿ ਕੋਈ ਉਹਦੀ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਕ੍ਰਿਮੀਨਲ ਬੈਕਗ੍ਰਾਊਂਡ ਉਹਨਾਂ ਦੇ ਪਰਿਵਾਰ ਦਾ, ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਹੈ ਪਹਿਲੇ ਕਤਲ ਦੇ ਕੇਸ ਬਾਹਰ ਆਇਆ। ਅੱਛਾ ਜੀ, ਸੋ ਦੇਖ ਸਕਦੇ ਜੀ ਜਿਹੜਾ